ਅਮਰੀਕਾ 'ਚ ਸ਼ਕਤੀਸ਼ਾਲੀ ਤੂਫਾਨ ਨੇ ਦਸਤਕ ਦਿੱਤੀ ਹੈ ਜਿਸ ਕਾਰਨ ਹਜ਼ਾਰਾਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਉਧਰ ਲੱਖਾਂ ਘਰਾਂ ਦੀ ਬਿਜਲੀ ਸਪਲਾਈ ਬੰਦ ਹੈ ਅਮਰੀਕਾ ਇਸ ਸਮੇਂ ਖਰਾਬ ਮੌਸਮੀ ਘਟਨਾਵਾਂ ਦੇ ਨਾਲ ਜੂਝ ਰਿਹਾ ਹੈ ਰਾਸ਼ਟਾਨੀ ਵਾਸ਼ਿੰਗਟਨ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੇ ਲਈ ਕਿਹਾ ਗਿਆ ਹੈ ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ ਨੇ ਤੋਂਬਾਰ ਨੂੰ ਅਮਰੀਕਾ ਵਿੱਚ ਤੂਫਾਨ ਸਮੇਤ ਵਿਨਾਸ਼ਕਾਰੀ ਤੂਫਾਨਾਂ ਦੀ ਚੇਤਾਵਨੀ ਦਿੱਤੀ ਹੈ। ਵਾਸ਼ਿੰਗਟਨ ਖੇਤਰ ਵਿੱਚ ਬੀਤੀ ਸ਼ਾਮ 8:00 ਵਜੇ ਤੋਂ ਬਾਅਦ ਮੀਂਹ ਸ਼ੁਰੂ ਹੋ ਗਿਆ ਤੇ ਅਸਮਾਨ ਹੌਲੀ-ਹੌਲੀ ਸਲੇਟੀ ਹੋ ਗਿਆ। ਇਸ ਖਰਾਬ ਸਥਿਤੀ ਵਿੱਚ ਨਿਵਾਸੀਆਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਹਦਾਇਤ ਦਿੱਤੀ ਗਈ। ਮੌਸਮ ਵਿਭਾਗ ਨੇ ਰਾਤ 9:00 ਵਜੇ ਤੱਕ ਗ੍ਰੇਟਰ ਡੀਸੀ ਖੇਤਰ ਲਈ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ। ਮੰਗਲਵਾਰ ਸਵੇਰ ਤੱਕ ਹੜ੍ਹ ਦੀ ਚੇਤਾਵਨੀ ਵੀ ਦਿੱਤੀ ਗਈ ਸੀ। ਮੌਸਮ ਵਿਭਾਗ ਨੇ ਕਿਹਾ ਕਿ ਤੂਫਾਨ ਦੂਰ-ਦਰਾਡੇ ਦੇ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਏਜੰਸੀ ਨੇ ਟੈਨੇਸੀ ਤੋਂ ਨਿਊਯਾਰਕ ਤੱਕ ਦਾ ਤੂਫਾਨ ਦੇ ਫੈਲਣ ਦੀ ਚੇਤਾਵਨੀ ਦਿੱਤੀ ਹੈ ਏਪੀ ਨੇ ਫਲਾਈਟ ਅਵੇਅਰ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸੋਮਵਾਰ ਦੁਪਹਿਰ ਤੱਕ 1300 ਤੋਂ ਵੱਧ ਯੂਐਸ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ 5500 ਤੋਂ ਵੱਧ ਉਡਾਣਾਂ ਚਤੇਰੀ ਹੋਈ ਤੂਫਾਨ ਕਾਰਨ ਹਾਰਟਸਫੀਲਡ ਜੈਕਸਨ ਐਟਲਾਂਟਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵੱਡੀ ਗਿਣਤੀ ਵਿੱਚ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਵਾਈਟ ਹਾਊਸ ਨੇ ਰਾਸ਼ਟਰਪਤੀ ਜੋ ਵਾਈਡਨ ਦੇ 4 ਦਿਨਾਂ ਦੌਰੇ ਤੇ ਰੋਕ ਲਾ ਦਿੱਤੀ ਹੈ ਉਨ੍ਹਾਂ ਦੇ ਹਾਰਡ ਪ੍ਰੋਗਰਾਮ ਅਤੇ ਸਮਾਗਮ ਵੀ ਰਾਤ ਕਰ ਦਿੱਤੇ ਗਏ ਨੇ ਪਾਵਰ ਆਊਟੇਜ .us ਨਿਗਰਾਨੀ ਸੇਵਾ ਦੇ ਅਨੁਸਾਰ ਅੰਕੜਿਆਂ ਦੇ ਅਨੁਸਾਰ ਖਰਾਬ ਮੌਸਮ ਕਾਰਨ ਸੰਯੁਕਤ ਰਾਜ ਦੇ ਪੂਰਬ ਦੇ ਵਿੱਚ 5 ਲੱਖ ਤੋਂ ਵੱਧ ਘਰ ਬਿਜਲੀ ਤੋਂ ਬਿਨਾਂ ਨੇ ਮੰਗਲਵਾਰ ਤੱਕ ਨਿਊਯਾਰਕ ਪੈਂਸਿਲਵੇਨੀਆ ਪੱਚੀ ਵਰਜੀਨੀਆ ਵਰਜੀਨੀਆ ਉੱਤਰੀ ਕੈਰੋਲੀਨਾ ਜਾਰਜੀਆ ਤੇ ਅਮਰੀਕਾ ਦੇ ਪੂਰਬ ਦੇ ਵਿੱਚ ਹੋਰ ਰਾਜਾਂ 'ਚ 5 ਲੱਖ ਤੋਂ ਵੱਧ ਘਰ ਬਿਜਲੀ ਤੋਂ ਬਿਨਾਂ ਨੇ ਫੌਕਸ ਨਿਊਜ਼ ਨੇ ਦੱਸਿਆ ਕਿ ਅਲਬਾਮਾ ਵਿੱਚ ਬਿਜਲੀ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ ਨੇ ਚੇਤਾਵਨੀ ਦਿੱਤੀ ਕਿ ਦੁਪਹਿਰ ਤੋਂ ਬਾਅਦ ਤੂਫਾਨ ਆਉਣ ਦੀ ਸੰਭਾਵਨਾ ਹੈ। ਇਸ ਕਾਰਨ ਫੈਡਰਲ ਕਰਮਚਾਰੀਆਂ ਨੂੰ ਜਲਦੀ ਘਰ ਭੇਜਣ ਦੀ ਜ਼ਰੂਰਤ ਹੈ ਤਾਂ ਜੋ ਉਹ ਹਵਾ, ਗੜੇ ਅਤੇ ਬਵੰਡਰ ਦੇ ਵਿੱਚ ਕਾਰ ਆਪਣੀਆਂ ਕਾਰਾਂ ਵਿੱਚ ਫਸ ਨਾ ਜਾਣ।